सर्व पॉजिटिव के थ्रू पॉजिटिव ब्लड वाइज के थ्रू सम पता लगा सी गया तो उदी नाम में वो राम आया थी इस करके पे सी मुझे ना आ गया ऐसे के बड़े आराम ना ट्रीटमेंट करवाई गया राम सन वो दिन जो दवाई सी उधर का फिर दवाई सी उधर मैं एक पूरी करके तो पी सी की बीन थी देखना उधर भी सी और मैं अपने आप को मैं चाहती हूँ पैर में जानी है अद्धा घंटा सवेर में अद्धा घंटा शाम उठे डॉक्टर ने की क्या सी उठे डॉक्टर ने क्या सी के 11 दिन है ना ये बचना है तो ये लाइफ बहुत ही नहीं है और लग गया थे कि तो के लिए ऐसी नहीं गेंद तो इंडिया जा इंडिया से मेरा मां जो का मेरा बेटा भी इधर चौदह सी पे ना जावे पर मैं इसके आगे तो मैं इसका तो ठीक हो गया ठीक है सब कुछ कर रही है ना ना आटो भी लेंगी सी सर पा लेंगी सी कपड़े पा लेंगी सी मैं तो कर लेंगी सी पहले क्या क्या इलाज कराया सी को हाँ जी पहले पहले ब्रेस्ट कैंसर हुआ सी कटाई है फिर जिगर की चिल्ली कटी सी ऑपरेशन की बोलना फिर थेरेपी हुई सिखानी आई माड़ी हुई सी पर एक महीने अक्सर बहुत तेजाब बन रहा है कीमोथेरेपी हाँ जी कीमोथेरेपी में रही थी कीमोथेरेपी हुई है चार दिन पहले का ब्रेस्ट कैंसर से दो तीन महीना हुई सी आठ आठ हफ्ते ऐसे तो मैं लाल किया गया लग गया ऐसे सर हम बहुत लाल बढ़िया लग गया तो ये नहीं काट में आ गए कहीं नवी लाइफ में आ गई कोई हो रहा मिर्जा में लेके इसने हाथ वाला हाँ जी तो मिर्जा में इसने हाथ कोई मैसेज मैं इधर में वैसे ही दूंगी कि तुसी आओ इतने अपन जिंदगी बताओ नवी जिंदगी मिल दी एक प्यारा हाँ जी ਤੁਸੀਂ ਵੀ ਕਹਿਣਾ ਚਾਹੋਗੇ ਜੀ ਮੈਡਮ ਜੀ ਤੁਹਾਡਾ ਤੁਹਾਡੀ ਸਾਰੇ ਟੀਮ ਦਾ ਤੁਹਾਡਾ ਸਪੈਸ਼ਲੀ ਬਹੁਤ ਧੰਨਵਾਦ ਕਰਦਾ ਤੇ ਤੁਸੀਂ ਮੇਰੀ ਵਾਈਫ ਨੂੰ ਨਵੀਂ ਲਾਈਫ ਦੇ ਦਿੱਤੀ ਹੈ ਮੈਂ ਇੰਨਾ ਖੁਸ਼ ਹਾਂ ਕੁਛ ਕਹਿ ਨਹੀਂ ਸਕਦਾ ਭਾਬੀ ਜਦੋਂ ਇਲਾਜ ਲਈ ਆਈ ਤਾਂ ਮੈਂ ਵੀ ਕੰਸਲਸੀ ਕਰੀ ਇਹਦੇ ਤੋਂ ਬਣਾਉਣਾ ਕਲੀਅਰ ਹੋਣਾ ਪਈ ਜਿਹੜਾ ਰਹੇ ਸੀ ਵੀ ਨਾ ਜਾਵੇ ਤਾਂ ਵਧੀਆ ਪਰ ਇਹਦੀ ਹਿੰਮਤ ਸੀਗੀ ਡਾਕਟਰ ਪਾਲਦੀਪ ਅਟਵਾਲ ਸਾਡਾ ਪਰਿਵਾਰ ਦਾ ਮੈਂਬਰ ਵੀ ਰਸਤੇ ਵਿੱਚ ਵੀ ਅਸੀਂ ਛੋਟੇ ਹੁੰਦੇ ਜਦੋਂ ਪੜ੍ਹਦੇ ਪੜਿਆ ਵੀ ਦੇਖਿਆ ਉਹਦੀ ਬੜੀ ਤਕੜੀ ਕੰਡੀਸ਼ਨ ਸੀ ਰਹੀ ਇਹ ਨਵਾਂ ਟ੍ਰੀਟਮੈਂਟ ਜਿਹਾ ਇਹ ਕਿਵੇਂ ਦੇਖ ਨਵਾਂ ਟ੍ਰੀਟਮੈਂਟ ਜਿਹਾ ਇਹ ਟਰਾਈ ਕਰਨਾ ਚਾਹੀਦਾ ਇਹਨਾਂ ਦੇ ਟ੍ਰੀਟਮੈਂਟ ਤੋਂ ਬਾਅਦ ਮੈਂ ਤੁਹਾਡੀ ਵੈਬਸਾਈਟ ਤੇ ਟ੍ਰੀਟਮੈਂਟ ਰੈਸ਼ਨਲ ਵੀ ਰਾਈਟ ਕੀਆ ਉਦੋਂ ਮੈਂ ਕਾਫੀ ਗੌਰ ਨਾਲ ਦੇਖਿਆ ਪੜਿਆ ਫਿਰ ਮੇਰਾ ਆਪਣਾ ਵੀ ਯਕੀਨ ਬਣਦਾ ਸੀ ਵੀ ਟ੍ਰੀਟਮੈਂਟ ਇਹਦੀਆਂ ਕਾਫੀ ਪੋਸੀਬਿਲਿਟੀ ਆ ਉੱਥੇ ਬਈ ਇੱਕ ਬੜੀ ਵਧੀਆ ਐਗਜ਼ੈਂਪਲ ਸੀਗੀ ਬਈ ਭਾਬੀ ਤਕਰੀਬਨ ਬੰਦ ਕੰਧੇ ਬੈਠੀ ਸੀ ਉਹਨੂੰ ਆ ਗਈ ਯਾਰ ਬੜੀ ਸੋਹਣੀ ਪੂਰੀ ਕਰਦੀ ਆ ਇਹ ਤੋਂ ਲਾਈਫ ਹੈਗੀ ਆ ਇਸ ਕਰਕੇ ਮੈਂ ਵੀ ਕਿਹਾ ਵੀ ਜਿਹੜੀ ਮੇਰੇ ਗੁਰੂ ਦੀ ਤਕਲੀਫ ਆ ਬੜੀ ਥੋੜ੍ਹੀ ਸੀਗੀ ਉਹਦੀ ਇਹ ਜਿਹੜੀ ਨਵੀਂ ਟੈਕਨੀਕ ਸੀ ਉਹਦੇ ਨਾਲ ਮੈਂ ਟ੍ਰੀਟਮੈਂਟ ਲਿਆ ਤਾਂ ਕਾਫੀ ਇੰਪਰੂਵਮੈਂਟ ਆ ਮੈਂ ਆਪ ਵੀ ਫੀਲ ਕਰਦਾ ਮੈਂ ਬਾਕੀ ਆਲੇ ਦੁਆਲੇ ਪੁੱਛਦਾ ਇਹਨਾਂ ਨੇ ਮੇਰਾ ਧਰਮ ਦਾ ਕਿੱਦਾਂ ਆ ਵੀ ਬਾਕੀ ਸਾਰੇ ਕਹਿੰਦੇ ਵੀ ਕਾਫੀ ਇੰਪਰੂਵਮੈਂਟ ਮੈਨੂੰ ਆਪ ਵੀ ਮਹਿਸੂਸ ਹੁੰਦਾ ਵੀ ਬੜਾ ਵਧੀਆ
ਸਟੈਪ ਲਿਆ ਉੱਥੇ ਆ ਗਈ ਡੈਪਟੀ ਤੁਹਾਡਾ ਐਨਜੀਓ ਦਾ ਅਤੇ ਪਾਕਿਸਤਾਨ ਦਾ ਧੰਨਵਾਦ ਕੀਤਾ ਜਾ ਸਕਦਾ ਡੈਪਟੀ ਆ ਗਈ ਰਿਕਮੈਂਡ ਕਰੂੰਗਾ ਵੀ ਸਾਹ ਲੈਣੀ ਚਾਹੀਦੀ ਆ ਫਿਰ ਸੋਚ ਸਮਝ ਕੇ ਟ੍ਰੀਟਮੈਂਟ ਜੇ ਮਿਲਦਾ ਹੋਵੇ ਤਾਂ ਫਾਇਦਾ ਕਰਨਾ ਚਾਹੀਦਾ ਕਿਉਂਕਿ ਟ੍ਰੀਟਮੈਂਟ ਇੰਗਲੈਂਡ ਵਿੱਚ ਜੇ ਹੋਊਗਾ ਤਾਂ ਇਹ ਤਾਂ ਨਵਾਂ ਇਹ ਇੱਥੇ ਮਹਿੰਗਾ ਬੜਾ ਇੱਥੇ ਅਸੀਂ ਸਸਤਾ ਨਾਲ ਵਾਧੇ ਨਾਲ ਆਪਣੇ ਵਰਕ ਚੱਲ ਹੁੰਦੇ ਹਾਂ ਤਾਂ ਇਸ ਕਰਕੇ ਇੱਕ ਵਾਰੀ ਫਿਰ ਮੈਂ ਸਾਡੇ ਭਾਗੀ ਦੀ ਵਾਰ ਹੁੰਦੀ Thanks for watching. Please like, comment, subscribe and ring bell for notification of latest updates.